ਨਮਸਕਾਰ ਦੋਸਤੋ, ਮੈਂ ਰਾਜੇਸ਼ ਅਰੋੜਾ, ਤੁਸੀਂ ਦੇਖ ਰਹੇ ਹੋ ਪਬਲਿਕ ਦਿਲਾਸਾ ਚੈਨਲ। ਅੱਜ ਅਸੀਂ ਆਰਬੀ ਗਾਰਡਨ ਫਤਿਹਗੜ੍ਹ ਚੂੜੀਆਂ ਰੋਡ 'ਤੇ ਪਹੁੰਚੇ ਹਾਂ ਔਰ ਉਹਨਾਂ ਲੋਕਾਂ ਨਾਲ ਅੱਜ ਤੁਹਾਨੂੰ ਮਿਲਾਵਾਂਗੇ ਜਿਹੜੇ ਲੋਕ ਪਿਛਲੇ ਲੰਬੇ ਸਮੇਂ ਤੋਂ ਜ਼ਮੀਨੀ ਕਾਰੋਬਾਰ ਨਾਲ ਸੰਬੰਧ ਰੱਖਦੇ ਨੇ, ਕਿਉਂਕਿ ਅੱਜ ਬੜਾ ਵੱਡਾ ਇੱਕ ਇਸ਼ੂ ਹੈ ਕਿ NOC ਬੰਦ ਹੋ ਜਾਂਦੀ ਹੈ, ਨਹੀਂ ਮਿਲਦੀ ਜਾਂ ਉਹ 'ਚ ਕਈ ਤਰ੍ਹਾਂ ਦੀਆਂ ਰੁਕਾਵਟਾਂ ਆਉਂਦੀਆਂ ਨੇ। ਅੱਜ ਉਸੇ ਹੀ ਵਿਸ਼ੇ 'ਤੇ ਗੱਲ ਕਰਾਂਗੇ, ਕਿਉਂਕਿ NOC ਨਾ ਮਿਲਣ ਕਰਕੇ ਕਈ ਤਰ੍ਹਾਂ ਦੀ ਮੁਸ਼ਕਲਾਂ ਆਉਂਦੀਆਂ ਨੇ। ਉਹ ਮੁਸ਼ਕਲਾਂ ਜਿਹੜੀਆਂ ਨੇ ਉਹ ਵਿਭਾਗ ਦੇ ਕਰਮਚਾਰੀਆਂ ਦੁਆਰਾ ਨੇ ਜਾਂ ਸਰਕਾਰ ਦੀ ਪਾਲਿਸੀ ਦੁਆਰਾ ਹੈ, ਕੁਛ ਇਹੋ ਜਿਹੇ ਵਿਸ਼ੇ 'ਤੇ ਹੀ ਗੱਲ ਕਰਾਂਗੇ। ਅੱਜ ਸਾਡੇ ਨਾਲ ਮੌਜੂਦ ਨੇ ਵਰੁਣ ਬਦਵਾਰ, ਜੋ ਕਿ ਪਿਛਲੇ ਲੰਬੇ ਸਮੇਂ ਤੋਂ ਇਸ ਕਾਰੋਬਾਰ ਨਾਲ ਸੰਬੰਧ ਰੱਖਦੇ ਨੇ। ਉਹਨਾਂ ਕੋਲ ਜਾਣਾਂਗੇ ਕਿ ਆਖਿਰ ਮੁਸ਼ਕਲ ਕੀ ਹੈ। ਵਰੁਣ ਜੀ ਨਮਸਕਾਰ। ਨਮਸਕਾਰ ਜੈਸ਼ੀ। ਵਰੁਣ ਜੀ, ਅੱਜ ਬਹੁਤ ਵੱਡੀ ਇੱਕ ਮੁਸ਼ਕਲ ਹੈ ਕਿ ਕਿਸੇ ਆਮ ਬੰਦੇ ਨੂੰ ਪੁੱਛ ਲਓ, ਉਹ ਕਹਿੰਦਾ ਜੀ ਮੈਂ ਜ਼ਮੀਨ ਖਰੀਦਣ ਗਿਆ ਜਾਂ ਵੇਚਣ ਗਿਆ, ਮੈਨੂੰ NOC ਦੀ ਬੜੀ ਮੁਸ਼ਕਲ ਆਉਂਦੀ। ਸਭ ਤੋਂ ਪਹਿਲੇ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਆਖਿਰ ਉਹ ਮੁਸ਼ਕਲ ਕਸਟਮਰ ਨੂੰ ਆ ਕੀ ਰਹੀ ਹੈ। ਸਰ, ਇੱਦਾਂ ਆ ਕਿ ਪਹਿਲੇ ਜਿਹੜੀ NOC ਹੁੰਦੀ ਸੀ ਆਫਲਾਈਨ ਹੁੰਦੀ ਸੀ, ਹੁਣ ਕੁਝ ਸਾਲ ਤੋਂ ਇਹ ਔਨਲਾਈਨ ਹੋ ਗਈ ਹੈ ਜੀ। ਔਨਲਾਈਨ ਹੋਣ ਵਿੱਚ ਕੀ ਹੋਇਆ ਕਿ ਉਹ ਥੋੜ੍ਹਾ ਸਾਰਾ ਸਿਸਟਮ ਪਹਿਲੇ ਨਾਲੋਂ ਚੇਂਜ ਹੋ ਗਿਆ ਜੀ। ਹੁਣ ਹੁੰਦਾ ਕੀ ਹੈ ਕਿ ਕਸਟਮਰ ਜਿਹੜਾ ਆ ਪਲੋਟ ਜਿਹੜਾ ਆਪਣਾ ਆ ਔਨਲਾਈਨ ਰਜਿਸਟਰ ਕਰ ਸਕਦਾ ਹੈ। ਉਹਦੇ ਵਿੱਚ ਸਰਕਾਰ ਨੇ ਸਾਰਾ ਕੁਛ ਆਸਾਨ ਕਰ ਦਿੱਤਾ, ਪਰ ਦਿੱਕਤਾਂ ਕੀ ਆ ਰਹੀਆਂ ਮੈਂ ਤੁਹਾਨੂੰ ਦੱਸਦਾ ਜੀ। ਦਿੱਕਤ ਇਹ ਹੈ, ਪਹਿਲੀ ਇਹ ਜੀ ਕਿ ਬੰਦਾ ਆਪਣਾ ਜਿਹੜਾ ਪਲੋਟ ਹੈ ਉਹਦੇ ਡਾਕੂਮੈਂਟ ਸਾਰੇ ਜਿਹੜੇ ਆ ਔਨਲਾਈਨ ਚੜ੍ਹਾ ਦਿੰਦਾ ਜੀ, ਕਿਉਂਕਿ ਕਈਆਂ ਨੂੰ ਨੌਲੇਜ ਹੁੰਦੀ, ਕਈਆਂ ਨੂੰ ਨੌਲੇਜ ਨਹੀਂ ਹੁੰਦੀ। ਉਹ 'ਚ ਸਰਕਾਰ ਦੀ ਜਿਹੜੀ ਪੋਲਿਸੀ ਹੈ ਉਹਦੇ ਵਿੱਚ ਸਰਕਾਰ ਦਾ 2018 ਤੋਂ ਪਹਿਲਾਂ ਜਿਹੜੀ ਕਲੋਨੀ ਕੱਟੀ ਗਈ ਹੈ ਉਹਦੇ ਵਿੱਚ ਸਰਕਾਰ NOC ਜਿਹੜੀ ਆ ਈਜ਼ਲੀ ਦੇ ਦਿੰਦੀ ਹੈ। ਜਿਹੜੀ 2018 ਤੋਂ ਬਾਅਦ ਕੱਟੀਆਂ ਗਈਆਂ ਨੇ ਉਹਦੇ ਵਿੱਚ ਸਰਕਾਰ ਦੀਆਂ ਕੁਛ ਸ਼ਰਤਾਂ ਨੇ ਕਿ ਆਪਣਾ ਉਸ ਬੰਦੇ ਦੀ ਖਰੀਦ 2018 ਤੋਂ ਪਹਿਲੇ ਦੀ ਹੋਣੀ ਚਾਹੀਦੀ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਉਹਨੂੰ ਆਪਣਾ ਉਹਦੇ ਨਾਲ ਗੂਗਲ ਇਮੇਜ ਦੀ ਇੱਕ ਨਵੀਂ ਸ਼ਰਤ ਦੇ ਔਨਲਾਈਨ ਦੇ ਵਿੱਚ ਲਗਾਈ ਗਈ ਹੈ ਜੋ ਕਿ ਜ਼ਿਆਦਾਤਰ ਪੂਰੀ ਨਹੀਂ ਹੋ ਪਾ ਰਹੀ। ਉਹਦੇ ਵਿੱਚ ਇਹ ਦਿੱਕਤ ਆ ਰਹੀ ਹੈ ਕਿ ਜਦੋਂ ਬੰਦਾ ਉੱਥੇ ਜਾ ਕੇ ਵਿਭਾਗ 'ਚ ਜਈ ਸਾਹਿਬ ਜਾਂ ਰਿਲੇਟਡ ਕਿਨੇ ਜਿਹੜੇ ਇਹਦੇ ਨਾਲ ਐਸੋਸੀਏਟ ਨੇ ਉਹਨਾਂ ਨਾਲ ਗੱਲ ਕਰਦੇ ਨੇ ਤਾਂ ਉਹ ਕਹਿੰਦੇ ਨੇ ਕਿ ਜਿਹੜੀ ਸੜਕ 2018 'ਚ ਸਾਨੂੰ ਗੂਗਲ ਦੇ ਅਰਥ ਦੇ ਉੱਤੇ ਨਜ਼ਰ ਆ ਰਹੀ ਹੈ ਅਸੀਂ ਉਹਦੀ ਆਪਾਂ NOC ਦੇ ਸਕਦੇ ਹਾਂ, ਜਿਹੜੀ 2018 ਤੋਂ ਬਾਅਦ ਆਈ ਹੈ ਅਸੀਂ ਉਹਦੀ NOC ਨਹੀਂ ਜਾਰੀ ਕਰ ਸਕਦੇ ਪੋਲਿਸੀ ਦੇ ਮੁਤਾਬਕ। ਇੱਕ ਚੀਜ਼ ਸਮਝ ਆ ਗਈ ਹੈ ਕਿ 2018 ਤੋਂ ਪਹਿਲੇ ਜਿਹੜੀ ਖਰੀਦ ਹੋਈ ਹੈ ਉਹਦੇ 'ਚ NOC ਦੀ ਕੋਈ ਦਿੱਕਤ ਨਹੀਂ ਆ ਰਹੀ, ਕੋਈ ਦਿੱਕਤ ਨਹੀਂ ਆ ਰਹੀ। ਹੁਣ ਮੁਸ਼ਕਲ ਆ ਰਹੀ ਹੈ 2012 ਤੋਂ ਪ੍ਰੋਸੈਸਿੰਗ ਨੂੰ ਲੈ ਕੇ, ਉਹਦੇ 'ਚ ਕੀ ਮੁਸ਼ਕਲ ਆ ਰਹੀ? ਉਹਦੇ 'ਚ ਸਰ ਮੁਸ਼ਕਲ ਇਹ ਹੈਗੀ ਆ, ਹੁਣ ਕਿਛ ਹੁੰਦਾ ਹੈ ਕਿ ਜਦੋਂ ਕੋਈ ਕੋਲੋਨਾਈਜ਼ਰ ਨੋਨ ਅਪਰੂਵਡ ਕਾਲੋਨੀ ਕੱਟਦਾ, ਉਹ ਜ਼ਿਮੀਦਾਰ ਤੋਂ ਕੋਈ ਲਾ ਲਓ 3-4 ਸਾਲ 5 ਸਾਲ ਟਾਈਮ ਲੈਂਦਾ, ਟਾਈਮ ਲੈ ਕੇ ਅਤੇ ਉਹ ਆਪਣਾ ਨਕਸ਼ਾ ਬਣਾ ਲੈਂਦੇ ਆ ਅਤੇ ਆਪਣਾ ਪਲੋਟ ਵੇਚਣੇ ਸ਼ੁਰੂ ਕਰ ਦਿੰਦੇ ਆ, ਠੀਕ ਹੈ ਜੀ, ਕੁਝ ਪਰਸੈਂਟੇਜ ਲੋਕਾਂ ਕੋਲ ਲੈ ਕੇ। ਉਸ ਤੋਂ ਬਾਅਦ ਕੀ ਹੈ ਕਿ ਉਹਨਾਂ ਨੂੰ ਟਾਈਮ ਲੱਗ ਜਾਂਦਾ, ਕਈਆਂ ਦਾ ਤਾਂ ਟਾਈਮ ਸਿਰ ਪੁਜੈਸ਼ਨ ਮਿਲ ਜਾਂਦਾ, ਕਈਆਂ ਨੂੰ ਪੁਜੈਸ਼ਨ 2 ਸਾਲ 3 ਸਾਲ 5 ਸਾਲ ਲੱਗ ਜਾਂਦੇ। ਉਹ ਸੜਕਾਂ ਦੀ ਡਿਵੈਲਪਮੈਂਟ ਵੀ ਉਸ ਟਾਈਮ 'ਤੇ ਹੋਏਗੀ ਜਦੋਂ ਉਹਨਾਂ ਨੂੰ ਪੁਜੈਸ਼ਨ ਮਿਲੂਗਾ, ਠੀਕ ਹੈ ਜੀ। ਇਹਦੇ ਵਿੱਚ ਸਰਕਾਰ ਨੇ ਕਿਹਾ ਕਿ ਅਗਰ 2018 ਤੋਂ ਪਹਿਲੇ ਤੁਹਾਡੀ ਖਰੀਦ ਆ ਉਹਦੇ 'ਚ ਇੱਕ ਜਿਸ ਤਰ੍ਹਾਂ ਕਿਸ ਨੇ ਸੇਲ ਐਗਰੀਮੈਂਟ ਕਰਵਾਇਆ ਹੋਇਆ, ਉਹ ਐਗਰੀਮੈਂਟ ਦੀ ਸਰਕਾਰ ਵੱਲੋਂ ਆ ਕਿ ਤੁਸੀਂ ਖਜ਼ਾਨਾ ਦਫ਼ਤਰ ਤੋਂ ਸਾਨੂੰ ਵੈਰੀਫਿਕੇਸ਼ਨ ਕਰਾ ਕੇ ਦਿਓ ਕਿ ਇਹ 2018 ਤੋਂ ਪਹਿਲੇ ਸਟਾਮ ਜਿਹੜਾ ਵੈਲਿਡ ਆ, 2018 'ਚ ਹੀ ਡੀਲ ਹੋਈ ਸੀ, 2018 ਤੋਂ ਪਹਿਲੇ ਹੀ ਹੋਈ ਸੀ, ਠੀਕ ਹੈ ਜੀ। ਅਤੇ ਉਹਦੀ ਵੈਰੀਫਿਕੇਸ਼ਨ ਦਾ ਉੱਥੋਂ ਖਜ਼ਾਨਾ ਦਫ਼ਤਰ ਤੋਂ ਆਉਂਦੀ ਹੈ ਲੈਟਰ ਕਿ ਜੀ ਇਹ ਸਟਾਮ ਠੀਕ ਹੈਗਾ, ਇਹ 2018 'ਚ ਹੀ ਵੇਚਿਆ ਗਿਆ ਸੀ। ਹੁਣ ਦਿੱਕਤ ਇਹੀ ਆਉਂਦੀ ਹੈ ਕਿ ਜਿਹੜਾ ਗੂਗਲ ਇਮੇਜ ਆ ਉਹਨੂੰ ਅਸੀਂ 2018 ਦੇ ਵਿੱਚ ਜੇਕਰ ਸੜਕ ਨਹੀਂ ਪਈ ਉਹਨੂੰ ਅਸੀਂ ਪ੍ਰੂਫ ਨਹੀਂ ਕਰ ਸਕਦੇ। ਉਹ ਜਦੋਂ ਹੁੰਦੀ ਹੈ ਉਹਨਾਂ ਕੋਲ ਡਾਟਾ ਹੈ ਉਹ ਚੈੱਕ ਕਰ ਲੈਂਦੇ ਆ ਕਿ ਵੀ ਇਹ ਤੁਹਾਡੀ ਸੜਕ 2020 'ਚ ਪਈ ਹੈ, 21 'ਚ ਪਈ ਹੈ, ਇਹਦੀ NOC ਨਹੀਂ ਮਿਲ ਸਕਦੀ। ਇਹਦਾ ਮਤਲਬ ਜਿਹੜੀ ਮੁਸ਼ਕਲ ਆ ਰਹੀ ਹੈ ਉਹ 2018 ਤੋਂ ਬਾਅਦ ਗੂਗਲ ਇਮੇਜ ਨੂੰ ਲੈ ਕੇ ਆ ਰਹੀ ਹੈ। ਇਸ ਸਾਲ 'ਚ ਸ਼ੁਰੂ ਹੋਈ ਹੈ ਜਦੋਂ ਔਨਲਾਈਨ ਹੋਈ ਹੈ, ਉਸ ਤੋਂ ਪਹਿਲੇ ਇਹ ਚੀਜ਼ ਨਹੀਂ ਸੀ। ਹੁਣ ਇਹਦਾ ਤੁਸੀਂ ਕੀ ਸਮਝਦੇ ਹੋ, ਕਿਉਂਕਿ ਤੁਸੀਂ ਬਹੁਤ ਲੰਬੇ ਸਮੇਂ ਤੋਂ ਕਾਰੋਬਾਰੀ ਨਾਲ ਜੁੜੇ ਹੋਏ ਹੋ, ਜ਼ਮੀਨ ਦੇ ਕਾਰੋਬਾਰ ਨੂੰ ਕਰ ਰਹੇ ਹੋ, ਇਹਦਾ
ਕੀ ਸਰਕਾਰ ਕਰੇ ਜਿਹਦੇ ਨਾਲ ਇਹ ਆਮ ਲੋਕਾਂ ਨੂੰ ਦਿੱਕਤ ਨਾ। ਇਹਦੇ ਨਾਲ ਸਰ ਗੱਲ ਇੱਦਾਂ, ਵੇਖੋ ਸਰਕਾਰ ਨੂੰ ਆ ਪਿਛਲੇ 2-3 ਮਹੀਨਿਆਂ ਤੋਂ ਵੈਸੇ ਹੀ ਕੁਛ ਪਟਵਾਰੀ ਸਾਹਿਬ ਦੀ ਹੜਤਾਲਾਂ ਸੀ, ਕੁਛ ਕਲਰਕਾਂ ਦੀ ਮੰਗਾਂ ਸੀ, ਉੱਥੋਂ ਹੜਤਾਲ ਸੀ, ਪ੍ਰੋਪਰਟੀ ਦਾ ਬਿਜ਼ਨਸ ਵੈਸੇ ਹੀ ਬਹੁਤ ਥੱਲੇ ਜਾ ਰਿਹਾ, ਅਤੇ ਇਸ ਚੀਜ਼ ਨਾਲ ਹੋਰ ਥੱਲੇ ਜਾ ਰਿਹਾ। ਅਗਰ ਸਰਕਾਰ ਥੋੜ੍ਹੀ ਜਿਹੀ ਇਹਨੂੰ ਕੋਈ ਆਸਾਨ ਕਰ ਦਿੱਤੇ ਜਾਵੇ ਕਿ ਅਗਰ 2018 ਤੋਂ ਪਹਿਲੇ ਜੇ ਬੰਦਾ ਪਰੂਫ ਕਰ ਦਿੰਦਾ ਕਿ ਮੈਂ ਪਲੋਟ ਹੀ 2017 'ਚ ਖਰੀਦਿਆ, ਪ੍ਰੋਪਰਟੀ ਮੈਂ 2016 'ਚ ਖਰੀਦਿਆ, ਅਗਰ ਉਹ ਸਾਰੇ ਡਾਕੂਮੈਂਟੇਸ਼ਨ ਪੂਰੀ ਕਰਦਾ, ਆਪਣੀ ਪੂਰੀ ਫੀਸ ਦਿੰਦਾ, ਤਾਂ ਉਹਨੂੰ NOC ਦਿੱਤੀ ਜਾਣੀ ਚਾਹੀਦੀ ਹੈ। ਪਰ ਤੁਸੀਂ ਕਹਿ ਰਹੇ ਨੇ 2018 ਤੋਂ ਪਹਿਲੇ ਜਿਹੜੀ ਖਰੀਦ ਹੁੰਦੀ ਉਹਦੇ 'ਚ ਕੋਈ ਦਿੱਕਤ ਨਹੀਂ ਆ ਰਹੀ? ਸਰ 2018 ਤੋਂ ਬਾਅਦ ਡਿਵੈਲਪਮੈਂਟ 18 ਤੋਂ ਬਾਅਦ ਹੋਈ ਨਾ, ਅੱਛਾ ਦਿੱਕਤ ਆ ਰਹੀ। ਹਾਂ, ਸਰਕਾਰ ਦੇ ਵੇਖੋ, ਸਰਕਾਰ ਦੀ ਪੋਲਿਸੀ ਬਹੁਤ ਵਧੀਆ, ਔਨਲਾਈਨ ਪੇਮੈਂਟ ਹੋ ਜਾਂਦੀ ਹੈ, ਕੋਈ ਉਹਦੇ 'ਚ ਕੋਈ ਫਰੋਡ ਹੋਣ ਦੇ ਚਾਂਸਿਸ ਨਹੀਂ ਹੈ ਕਸਟਮਰ ਦੇ ਕਿ ਪੈਸੇ ਉਹਦੇ ਕਿੰਨੂ ਕੋਲ, ਸਿੱਧੇ ਸਰਕਾਰ ਨੂੰ ਪੈਸੇ ਜਾਂਦੇ। ਅਤੇ ਉਹਦੇ ਵਿੱਚ ਜੋ ਉਹਨਾਂ ਨੇ ਰਿਪੋਰਟਾਂ ਵੀ, ਜਿਸ ਤਰ੍ਹਾਂ ਤਹਿਸੀਲਦਾਰ ਸਾਹਿਬ ਤੋਂ ਰਿਪੋਰਟ ਹੁੰਦੀ ਨਵੀਂ ਇਹਦੇ ਵਿੱਚ, ਉਸ ਤੋਂ ਬਾਅਦ ਆਪਣਾ ਜਾਈ ਸਾਹਿਬ ਦੀ ਰਿਪੋਰਟ ਹੁੰਦੀ ਆ, ਕਲਰਕ ਦੀ ਰਿਪੋਰਟ ਹੁੰਦੀ ਆ, ATB ਸਾਹਿਬ ਦੀ ਰਿਪੋਰਟ ਹੁੰਦੀ ਆ, ਉਸ ਤੋਂ ਬਾਅਦ EO ਸਾਹਿਬ ਦੀ ਰਿਪੋਰਟ ਹੁੰਦੀ ਆ, ਫਿਰ ACA ਸਾਹਿਬ ਦੀ ਸ਼੍ਰੀ ਰਜਤ ਉਪਰਾਏ ਜੀ ਦੀ ਹੁੰਦੀ ਹੈ, ਫਾਈਨਲ ਐਨ ਓ ਸੀ ਉਹ ਜਾਰੀ ਕਰਦੇ। ਜਿਹੜੀ ਪਾਲਿਸੀ ਬਣੀ ਹੈ ਤੁਸੀਂ ਸਮਝਦੇ ਹੋ ਕਿ ਪਾਲਿਸੀ ਠੀਕ ਹੈ, ਫਰੋਡ ਇਹਦੇ ਨਾਲ ਘੱਟ ਹੋਏਗਾ, ਜਿਹੜੀ ਐਡੇ ਲੰਬੇ ਪ੍ਰਕਿਰਿਆ ਦੇ ਵਿੱਚ ਨਿਕਲਦੇ ਚਾਂਸਿਸ ਹੀ ਨਹੀਂ ਹੈ ਜੀ। ਆਫਲਾਈਨ 'ਚ ਤਾਂ ਬਹੁਤ ਚਾਂਸਿਸ, 1% ਵੀ ਆਪਣਾ ਫਰੋਡ ਹੁੰਦੇ ਚਾਂਸਿਸ ਨਹੀਂ ਹੈਗੇ। ਯਾਨੀ ਕਿ ਸਰਕਾਰ ਦੀ ਪਾਲਿਸੀ ਨਾਲ ਤੁਸੀਂ ਸਹਿਮਤ ਹੋ? ਸਹਿਮਤ ਹਾਂ, ਸਰਕਾਰ ਨੂੰ ਇਹਦੇ ਵਿੱਚ ਬਹੁਤ ਫਾਇਦਾ ਹੋਏਗਾ। ਮੈਂ ਇੱਕ ਚੀਜ਼ ਹੋਰ ਦੱਸਣਾ ਚਾਹੁੰਦਾ ਕਿ ਦੇਖੋ, ਇੱਕ ਰਜਿਸਟਰੀ ਜਦੋਂ ਹੁੰਦੀ ਆ 8.25% ਸਰਕਾਰ ਨੂੰ ਰੈਵਨਿਊ ਉੱਥੇ ਭਰਿਆ ਜਾਂਦਾ ਰਜਿਸਟਰੀ ਵਾਸਤੇ, ਜੈਂਟਸ ਵਾਸਤੇ 8.25 ਹੈ ਅਤੇ ਲੇਡੀਜ਼ ਵਾਸਤੇ 6.25 ਆ। ਅਤੇ ਜਦੋਂ ਇੱਕ NOC ਲਿੱਤੀ ਜਾਂਦੀ ਹੈ 100 ਤੋਂ 250 ਗਜ ਦਾ ਪਲਾਟ, ਉਹਦੀ 4% ਆ ਕਲੈਕਟਰ ਰੇਟ ਦਾ, ਅਤੇ 250 ਤੋਂ ਉੱਪਰ 6%, ਲਗਭਗ ਮਤਲਬ ਸਰਕਾਰ ਨੂੰ ਇੱਕ ਰਜਿਸਟਰੀ ਦੇ ਨਾਲ 12-13% ਮਤਲਬ ਆਉਂਦਾ, ਜੋ ਕਿ ਕੁਝ ਸਾਲ ਤੋਂ ਲੈ ਕੇ 1.5 ਸਾਲ ਤੋਂ ਲੈ ਕੇ ਬਿਲਕੁਲ 0 ਲੈਵਲ 'ਤੇ ਚਲਾ ਗਿਆ। ਸਰਕਾਰ ਨੂੰ ਅਗਰ ਇਹ ਪੋਲਿਸੀ ਥੋੜ੍ਹੀ ਜਿਹੀ ਆਸਾਨ ਕਰ ਦੇਣ, ਜਾਂ ਮਤਲਬ ਕੋਈ ਕਿਹਦਾ ਹੱਲ ਕੱਢ ਦੇਣ, ਦੇਖੋ ਜਿਹੜੀਆਂ ਕਾਲੋਨੀਆਂ ਅੱਛੀਆਂ ਡਿਵੈਲਪ ਨੇ, ਸਰਕਾਰ ਨੂੰ ਉੱਥੇ ਚਾਹੀਦਾ ਇੱਕ ਵਾਰੀ ਜਾ ਕੇ ਆਪਣੇ ਮਤਲਬ ਅਫਲੀਟਡ ਜਿਹੜੇ ਵੀ ਇਹਦੇ ਨਾਲ ਵਿਭਾਗ ਦੇ ਨਾਲ ਬੰਦੇ ਉਹਨਾਂ ਨੂੰ ਭੇਜਣ, ਅਤੇ ਇੱਥੇ ਚੈੱਕ ਕੀਤਾ ਜਾਵੇ ਕਿ ਵੀ ਇਹ ਕਾਲੋਨੀ ਜਿਸ ਤਰ੍ਹਾਂ ਕੋਈ ਵੀ ABC ਕੋਈ ਵੀ ਕਾਲੋਨੀ ਕਿ ਇਹਦੇ ਅੰਦਰ ਅਗਰ ਡਿਵੈਲਪਮੈਂਟ ਪੂਰੀ ਹੈ, ਸੜਕਾਂ, ਸੀਵਰੇਜ, ਸਟਰੀਟ ਲਾਈਟ, ਲੋਕਾਂ ਨੂੰ ਡਿਵੈਲਪਮੈਂਟ ਪੂਰੀ ਦਿੱਤੀ ਜਾ ਰਹੀ ਹੈ, ਲੋਕਾਂ ਦੇ ਨਾਲ ਕੋਈ ਧੋਖੇ ਵਾਲੀ ਗੱਲ ਨਹੀਂ ਹੈ, ਉੱਥੇ ਉਹਨਾਂ ਨੂੰ NOC ਦਿੱਤੀ ਜਾਣੀ ਚਾਹੀਦੀ ਮੇਰੇ ਹਿਸਾਬ ਨਾਲ। ਮੈਂ ਵੀ ਮੰਨਦਾ ਕਿ ਕੁਝ ਲੋਕ ਮਤਲਬ ਕਲੋਨੀ ਕੱਟ ਕੇ ਕੋਈ ਕਿਸੇ ਨੂੰ ਕੋਈ ਫੈਸਿਲਿਟੀ ਨਹੀਂ ਦਿੰਦੇ, ਕੋਈ ਮਤਲਬ ਲਗਾ ਲਓ ਸੜਕ ਨਹੀਂ ਬਣਾਉਂਦੇ, ਕੁਛ ਨਹੀਂ ਕਰਦੇ, ਅਤੇ ਲੋਕ ਫਸ ਜਾਂਦੇ। ਇਹੋ ਜਿਹੀ ਕਾਲੋਨੀਆਂ ਦੇ ਵਿੱਚ ਸਰਕਾਰ ਨੂੰ ਆਪਣੇ ਲੈਵਲ ਦੇ ਉੱਤੇ ਸਰਵੇ ਕਰਕੇ, ਇੱਕ ਸਰਵੇ ਕਰਕੇ ਇੱਕ ਸਲੈਬ ਬਣਾ ਲੈਣੀ ਚਾਹੀਦੀ ਹੈ ਕਿ ਜਿਹਦੇ ਵਿੱਚ ਜਿਹੜੀ ਕਾਲੋਨੀ ਦੀ ਡਿਵੈਲਪਮੈਂਟ ਪੂਰੀ ਹੈ ਜੀ, ਉਹਨੂੰ NOC ਦਿੱਤੀ ਜਾਵੇ, ਕਿਉਂਕਿ ਲੋਕਾਂ ਨੂੰ ਪੂਰੀ ਸਹੂਲਤਾਂ ਦੇ ਰਿਹਾ ਅਤੇ ਉਹਨੂੰ ਡਿਵੈਲਪਮੈਂਟ ਦੇ ਮਤਲਬ। ਵਰਨ ਜੀ ਤੁਹਾਡਾ ਦੁਬਾਰਾ ਗੱਲ ਕਰਾਂਗੇ, ਹੁਣ ਸਾਡੇ ਨਾਲ ਮੌਜੂਦ ਨੇ, ਕੀ ਨਾਮ ਜੀ ਤੁਹਾਡਾ? ਪ੍ਰਥਮ ਚੋਪੜਾ ਜੀ। ਚੋਪੜਾ ਜੀ, ਤੁਸੀਂ ਵੀ ਇਹਦੇ ਨਾਲ ਸੰਬੰਧਿਤ ਹੋ ਜ਼ਮੀਨੀ ਕਾਰੋਬਾਰ ਦੇ ਨਾਲ? ਬਿਲਕੁਲ ਜੀ। ਤੁਹਾਡਾ ਕੀ ਕਹਿਣਾ ਇਹਦੇ ਉੱਤੇ, NOC ਦੀ ਪ੍ਰਕਿਰਿਆ ਨੂੰ ਲੈ ਕੇ ਜਾਂ NOC ਨੂੰ ਲੈ ਕੇ ਸਰਕਾਰ ਕੀ ਕਰੇ? ਜੀ, ਅਸੀਂ ਵੀ RB ਗਾਰਡਨ ਇੱਕ ਪਲੋਟ ਲਿੱਤਾ ਸੀ ਅਤੇ ਉਹਦੀ NOC ਦੇ ਵਿੱਚ ਸਾਨੂੰ ਬਹੁਤ ਦਿੱਕਤ ਹੋਈ। ਅਸੀਂ ਬਹੁਤ NOC ਦਫ਼ਤਰ ਫੇਰੇ 'ਤੇ ਫੇਰਾ ਮਾਰਿਆ, ਫੇਰੇ 'ਤੇ ਫੇਰਾ ਮਾਰਿਆ, ਰੋਜ਼ ਕਦੀ ਮੰਡੇ ਆ ਜਾਣਾ, ਕਦੀ ਫਰਾਈਡੇ ਆ ਜਾਣਾ, ਸਾਰਾ ਦਿਨ ਅਸੀਂ ਮਤਲਬ ਉੱਥੇ 4-4 ਘੰਟੇ ਉੱਥੇ ਉਹਨਾਂ ਦੀ ਵੇਟ ਕੀਤੀ। ਇਹ ਪੁੱਡਾ ਨਾਲ ਸੰਬੰਧਿਤ ਆ ਜੀ, ਜਿਹੜਾ NOC ਤੁਸੀਂ ਲੈਣ ਜਾਂਦੇ ਹੋ, ਪੁੱਡਾ ਵਿਭਾਗ ਵੱਲੋਂ ਜਾਂਦੇ? ਹਾਂਜੀ ਜੀ, ਪੁੱਡਾ ਵੱਲੋਂ ਜਾਂਦੇ ਜੀ। ਜੀ ਜੀ। ਅਤੇ ਮਤਲਬ ਸਰਕਾਰ ਨੂੰ ਦੇਖਣਾ ਚਾਹੀਦਾ ਕਿ ਉਹ ਕਾਲੋਨੀਆਂ ਤਾਂ ਪਹਿਲੇ ਤੋਂ ਹੀ ਕੱਟੀਆਂ ਗਈਆਂ ਅਤੇ ਹੁਣ ਗੂਗਲ ਇਮੇਜ ਦੇ ਵਿੱਚ ਉਹ ਨਹੀਂ ਸ਼ੋ ਹੋ ਪਾ ਰਹੀਆਂ, ਅਤੇ ਉਸ ਕਰਕੇ ਸਾਨੂੰ ਦਿੱਕਤ। ਆਮ ਆਦਮੀ ਨੂੰ ਗੂਗਲ ਇਮੇਜ ਨੂੰ ਲੈ ਕੇ ਜਦੋਂ ਸਰਕਾਰ ਦੀ ਪਾਲਿਸੀ ਬਣੀ ਹੈ, ਦਿੱਕਤ ਆਮ ਆਦਮੀ ਨੂੰ ਆ ਰਹੀ ਹੈ, ਜਦਕਿ ਇਹ ਕਲੋਨੀਆਂ ਕਈ ਦੇਰ ਪਹਿਲੇ ਦੀਆਂ ਬਣ ਚੁੱਕੀਆਂ। ਅਸੀਂ ਹੋਰ ਲੋਕਾਂ ਨਾਲ ਵੀ ਗੱਲ ਕਰਾਂਗੇ। ਕੀ ਨਾਂ ਜੀ ਤੁਹਾਡਾ? ਰਜਤ ਚੋਪੜਾ ਜੀ। ਚੋਪੜਾ ਜੀ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਸਰ, ਮੈਂ ਸੇਮ ਗੱਲ ਕਰਨਾ ਚਾਹ ਰਿਹਾ, ਜਿੰਨਾ ਵਧੀਆ ਐਕਸਪਲੇਨ ਤੁਹਾਨੂੰ ਵਰੁਣ ਜੀ ਨੇ ਕੀਤਾ ਜੀ, ਉਹ ਬਹੁਤ ਵਧੀਆ। ਇਹੀ ਦਿੱਕਤਾਂ ਆ ਰਹੀਆਂ, ਜੇ ਇਹ ਥੋੜ੍ਹਾ ਜਿਹਾ ਮਸਲਾ ਸਰਕਾਰ ਹੱਲ ਕਰ ਦੇਵੇ ਅਤੇ ਆਮ ਬੰਦੇ ਵਾਸਤੇ ਅਤੇ ਸਰਕਾਰ ਵਾਸਤੇ ਖੁਦ ਵਾਸਤੇ ਬਹੁਤ ਵਧੀਆ ਕੰਮ ਹੋ ਜਾਏਗਾ, ਬੜਾ ਪੈਸਾ ਆਏਗਾ ਸਰਕਾਰ ਨੂੰ ਔਰ ਆਮ ਬੰਦਾ ਈਜ਼ੀ ਲਾਈਫ ਜੀਏਗਾ।
ਸੁਝਾਵ ਦੀ ਲੋੜ ਹੈ। ਆਮ ਆਦਮੀ ਵੀ ਵਧੀਆ ਰਾਹਤ ਮਹਿਸੂਸ ਕਰੇਗਾ, ਉਹਦੇ ਨਾਲ ਨਾਲ ਸਰਕਾਰ ਦਾ ਰੈਵਨਿਊ ਵੀ ਵਧੇਗਾ। ਹੁਣ ਕੀ ਨਾਮ? ਰਤਨ ਖੰਨਾ ਸਰ। ਖੰਨਾ ਸਰ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਦੇ ਉੱਤੇ? ਸਰ, ਉਹੀ ਪ੍ਰੋਬਲਮ ਸਾਰਿਆਂ ਦੀ ਇੱਕੋ ਹੀ ਹੈ। NOC 'ਤੇ ਬੜੇ ਸਾਨੂੰ ਚੱਕਰ ਲਗਾਉਣੇ ਪੈ ਰਹੇ ਆ, ਅਤੇ ਪੈਸੇ ਸਰਕਾਰ ਨੂੰ ਅਸੀਂ ਜਮ੍ਹਾਂ ਕਰਾਉਣਾ ਚਾਹੁੰਦੇ ਹਾਂ। ਸਾਡਾ ਕੰਮ ਜਿੰਨਾ ਜਲਦੀ ਹੋਏਗਾ ਓਨਾ ਠੀਕ ਹੋਏਗਾ, ਓਨਾ ਹੀ ਸਾਡਾ ਕੰਮ ਲੇਟ ਹੋ ਰਿਹਾ ਚੱਕਰ ਲਾ ਲਾ ਕੇ। ਉਪਭੋਗਤਾ ਪੈਸਾ ਸਰਕਾਰ ਨੂੰ ਜਮ੍ਹਾਂ ਕਰਾਉਣਾ ਚਾਹੁੰਦਾ ਹੈ, ਰਾਹਤ ਤਦ ਹੀ ਮਿਲ ਸਕਦੀ ਹੈ ਜੇ ਪੋਲਿਸੀ 'ਚ ਥੋੜ੍ਹਾ ਬਹੁਤ ਸੁਧਾਰ ਹੋਵੇ। ਅਸੀਂ ਫਿਰ ਗੱਲ ਕਰਾਂਗੇ ਵਰੁਣ ਜੀ ਨਾਲ। ਵਰੁਣ ਜੀ, ਨੌਨ ਪੁੱਡਾ ਅਤੇ ਪੁੱਡਾ ਦੇ ਵਿੱਚ ਕੀ ਅੰਤਰ ਹੈ? ਨੌਨ ਪੁੱਡਾ ਪੁੱਡਾ 'ਚ ਜੀ ਅੰਤਰ ਹੈ ਜੀ, ਜਿਹਦਾ ਕੋਲੋਨਾਈਜ਼ਰ ਆ ਜੀ, ਕੁਛ ਏਕੜ ਜਿਸ ਤਰ੍ਹਾਂ ਪਲਾਨ ਜਿਹੜਾ ਹੈ 12 ਏਕੜ ਜਾਂ 15 ਏਕੜ ਜਾਂ 25 ਏਕੜ ਕੋਈ ਸਰਕਾਰ ਕੋਲ ਅਪਰੂਵ ਕਰਾਉਣ ਵਾਸਤੇ ਦੇ ਦਿੰਦਾ। ਪਹਿਲੀ ਤਾਂ ਦਿੱਕਤ ਹੈ ਕਿ ਉਹਨਾਂ ਨੂੰ ਵੀ ਬਹੁਤ ਦਿੱਕਤ ਆਉਂਦੀ ਹੈ, ਉਹਨਾਂ ਨੂੰ ਵੀ ਸਾਲ 2 ਸਾਲ 3 ਸਾਲ ਲੱਗ ਜਾਂਦੇ ਆ ਅਪਰੂਵਡ ਕਰਾਉਣ 'ਚ ਕੋਲੋਨਾਈਜ਼ਰ ਨੂੰ। ਉਹਦੇ 'ਚ ਕੀ ਆ, ਉਹਦੇ 'ਚ ਇੰਨੀਆਂ ਕੁ NOC ਨੇ, ਪੋਲਿਊਸ਼ਨ ਡਿਪਾਰਟਮੈਂਟ ਤੋਂ ਆ ਤੁਸੀਂ ਲਗਾ ਲਓ, ਫੋਰੈਸਟ ਡਿਪਾਰਟਮੈਂਟ ਤੋਂ, ਇੰਨੇ ਕੁ ਡਿਪਾਰਟਮੈਂਟ ਤੋਂ NOC ਲੈਣੀਆਂ ਪੈਂਦੀਆਂ ਕਿ 1.5-2 ਸਾਲ ਤੋਂ ਉਸ ਬੰਦੇ 'ਤੇ ਪਰੂਵ ਕਰਾਉਣ 'ਚ ਲੱਗ ਜਾਂਦੇ ਆ। ਉਹ ਵੀ ਕੋਈ ਈਜ਼ੀ ਨਹੀਂ ਆ, ਪਰ ਉਹਦੇ ਵਿੱਚ ਕੀ ਹੈਗਾ, ਉਹਦੇ ਵਿੱਚ ਸਰਕਾਰ ਦੇ ਜਿਸ ਤਰ੍ਹਾਂ ਕੋਈ ਮੇਰੇ ਖਿਆਲ ਲਗਭਗ 22 ਤੋਂ ਲੈ ਕੇ 25 ਲੱਖ ਰੁਪਈਆ ਪਰ ਏਕੜ ਦਾ ਪਰੂਵ ਕਰਾਉਣ ਦਾ ਉਹਨਾਂ ਦੀ ਫੀਸ ਆ, 22 ਤੋਂ 25 ਲੱਖ ਹੈ। ਅਤੇ ਉਹਦੇ ਵਿੱਚ 10% ਉਹ ਸਟਾਰਟਿੰਗ 'ਚ ਦਿੰਦੇ ਨੇ, ਉਸ ਤੋਂ ਬਾਅਦ ਕੁਛ ਉਹਨਾਂ ਦੀਆਂ ਕਿਸ਼ਤਾਂ ਬਣ ਜਾਂਦੀਆਂ, ਜਿਸ ਤਰ੍ਹਾਂ 6 ਮਹੀਨੇ ਬਾਅਦ ਕੁਛ, 6 ਤੋਂ ਬਾਅਦ ਇਸ ਤਰ੍ਹਾਂ ਕੁਛ ਕਰਕੇ 6-6 ਮਹੀਨੇ ਬਾਅਦ ਦੀਆਂ ਕਿਸ਼ਤਾਂ ਹੁੰਦੀਆਂ, ਤਾਂ ਉਹਨਾਂ ਲਾਇਸੈਂਸ ਮਿਲ ਜਾਂਦਾ, ਸੇਲ ਸ਼ੁਰੂ ਕਰ ਦਿੰਦੇ ਆ। ਪੁਰਾਣੇ ਟਾਈਮ 'ਤੇ ਕੀ ਹੋਇਆ ਕਿ ਸਾਰੇ ਕੋਲੋਨਾਈਜ਼ਰ ਜਿਹੜੇ ਪੁੱਡਾ ਅਪਰੂਵਡ ਕੱਢੀਆਂ, ਕੁਛ ਸਮਝ ਲਓ ਮੰਦਾ ਆ ਗਿਆ ਜਾਂ ਕੁਛ ਆ ਗਿਆ, ਉਹਨਾਂ ਦੀਆਂ ਕਿਸ਼ਤਾਂ ਨਹੀਂ ਜਮ੍ਹਾਂ ਹੋਈਆਂ, ਅਤੇ ਉਹ ਕੋਲੋਨੀਆਂ ਡਿਫਾਲਟਰ ਵਿੱਚ ਚਲੀਆਂ ਗਈਆਂ। ਮੈਂ ਚਾਹੁੰਦਾ ਕਿ ਜੇ ਨੌਨ ਪੁੱਡਾ ਦੇ ਵਿੱਚ ਆਪਾਂ 1 ਟਾਈਮ ਫੀਸ ਲੈਂਦੇ ਹਾਂ, 1 ਟਾਈਮ ਫੀਸ ਲੈ ਕੇ ਲਗਭਗ ਤੁਸੀਂ ਸਰਕਾਰ ਨੂੰ ਚਾਹੀਦਾ ਕਿ ਪੁੱਡਾ ਅਤੇ ਨੌਨ ਪੁੱਡਾ ਦੀ ਜਿੰਨੀ ਕੁ ਫੀਸ ਬਣਦੀ ਉਹ ਬਰਾਬਰ ਕਰ ਦੇਣ ਇੱਕ ਪਰ ਪਲਾਟ ਦੀ, ਕਿ ਸਰਕਾਰ ਨੂੰ ਕੋਈ ਵੀ ਤਰ੍ਹਾਂ ਦਾ ਲੋਸ ਨਾ ਹੋਵੇ, ਅਤੇ NOC ਜਲਦੀ ਮਿਲੇ ਜਾਂ ਕੋਈ ਕਾਊਂਟਰ ਲੱਗੇ ਆਪਣਾ ਤਹਿਸੀਲ ਦੇ ਅੰਦਰ ਕਿ ਜਿੰਨੀ ਫੀਸ ਬਣਦੀ ਉੱਥੇ ਹੀ ਜਮ੍ਹਾਂ ਹੋ ਜਾਏ ਨਾਲ ਦੇ ਨਾਲ, ਅਤੇ ਜਿਹੜਾ ਕਿ ਆਮ ਬੰਦਾ ਜਿਹੜਾ ਪਰੇਸ਼ਾਨ ਨਾ ਹੋਵੇ ਜਿਹਨੇ ਪਲਾਟ ਖਰੀਦ ਚੁੱਕਿਆ, ਕਿਉਂਕਿ ਉਹਨੂੰ ਇੰਨੀ ਸਮਝ ਨਹੀਂ ਹੁੰਦੀ ਜਿਹੜਾ ਬੰਦਾ ਪਲਾਟ ਖਰੀਦਦਾ ਕਿ ਇਸ ਬਾਅਦ 'ਚ ਮੈਨੂੰ ਇੰਨੀਆਂ ਦਿੱਕਤਾਂ ਆ ਸਕਦੀਆਂ। ਅੱਗੇ ਵਾਸਤੇ 2022 ਤੱਕ ਇੱਕ ਪੋਲਿਸੀ ਬਣੀ ਸੀ, ਉਹਦੇ ਵਿੱਚ ਮੇਰੇ ਖਿਆਲ ਹਾਈਕੋਰਟ 'ਚ ਕੇਸ ਚੱਲ ਰਿਹਾ। ਸਰਕਾਰ ਨੇ ਸਾਡੇ ਹੱਕ ਵਿੱਚ ਪੋਲਿਸੀ ਬਣਾਈ ਕਿ 2022 ਤੱਕ ਜਿਹੜੀਆਂ ਕਲੋਨੀਆਂ ਨੌਨ ਅਪਰੂਵਡ ਕੱਟੀਆਂ ਗਈਆਂ ਉਹਨਾਂ ਨੂੰ NOC ਦਿੱਤੀ ਜਾਊਗੀ। ਕਿਸੇ ਨੇ ਹਾਈਕੋਰਟ ਦੇ ਵਿੱਚ ਉਹਦੀ ਰਿਟ ਪਾਈ ਹੈ, ਤਾਂ ਉਹਦੀ ਮੇਰੇ ਖਿਆਲ ਦਸੰਬਰ ਦੀ ਤਰੀਕ ਸੀ, ਹੁਣ ਅੱਗੇ ਕੀ ਫੈਸਲਾ ਉਹਦੇ ਬਾਰੇ ਮੈਨੂੰ ਅਜੇ ਨੌਲੇਜ ਨਹੀਂ ਹੈ। ਅਤੇ ਬਾਕੀ ਇੱਕ ਦਿੱਕਤ ਆਈ ਸੀ ਪਿੱਛੇ ਵੀ, ਉਹਦੇ ਵਿੱਚ ਕੀ ਹੋਇਆ ਸੀ ਕਿ ਜਿਹੜੀਆਂ ਅਪਰੂਵਡ ਕਲੋਨੀਆਂ 'ਚ ਵੀ ਲੋਕਾਂ ਨੇ ਪਲਾਟ ਖਰੀਦੇ ਸੀ ਉਹਦੀ ਵੀ ਰਜਿਸਟਰੀ ਪਿੱਛੇ ਤਹਿਸੀਲ 'ਚ ਬੰਦ ਹੋ ਗਈ ਸੀ। ਉਹਦੇ ਉਹਦੇ ਰਿਲੇਟਡ ਮੈਂ ਤੁਹਾਨੂੰ ਇੱਕ ਕਾਗਜ਼ ਦਿਖਾਉਣਾ ਚਾਹੁੰਦਾ, ਉਹਦੇ ਰਿਲੇਟਡ ਮੇਰੇ ਕੋਲ ਨਾ ਕਸਟਮਰ ਸੀ, NRI ਸੀ, ਇਟਲੀ ਤੋਂ ਮੈਡਮ ਆਏ ਸੀ, ਉਹਨਾਂ ਦੀ ਰਜਿਸਟਰੀ ਸੀ, ਉਹਨਾਂ ਇਟਲੀ ਵਾਪਸ ਜਾਣਾ ਸੀ, ਅਤੇ ਮੈਂ ਡਾਕਟਰ ਸਾਹਿਬ ਡਾਕਟਰ ਰਜਤ ਉਬਰਾਏ ਜੀ PCS ਜਿਹੜੇ ਆਪਣੇ ACA ਸਾਹਿਬ ਨੇ ਉਹਨਾਂ ਕੋਲ ਇਹ ਵਾਲੀ ਦਿੱਕਤ ਲੈ ਕੇ ਗਿਆ ਸੀ ਕਿ ਸਰ ਆਪਣਾ ਜਿਹੜੀਆਂ ਪੁੱਡਾ ਅਪਰੂਵਡ 'ਚ ਰੀਸੇਲ ਦੀਆਂ ਰਜਿਸਟਰੀਆਂ ਵੀ ਜਿਹੜੀਆਂ ਨਾ ਉਹ ਵੀ ਬੰਦ ਨੇ। ਉਹਨਾਂ ਨੇ ਮੇਰੀ ਇਸ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ, ਅਤੇ ਇਹ ਇੱਕ ਲੈਟਰ ਜਾਰੀ DC ਸਾਹਿਬ ਨੂੰ ਕੀਤੀ ਸੀ ਕਿ ਵੀ ਜਿਹੜੇ ਲੋਕ ਪਲਾਟ ਖਰੀਦ ਚੁੱਕੇ ਆ, ਜੇ ਅਗਰ ਉਹ ਡਿਫਾਲਟਰ ਕਲੋਨੀਆਂ ਵੀ ਆ, ਜੇ ਉਹ ਡਿਫਾਲਟਰ ਕਲੋਨੀਆਂ ਵੀ ਆ ਜਿਹੜੇ ਖਰੀਦ ਚੁੱਕੇ ਆ, ਉਹਨਾਂ ਨੂੰ ਰੀਸੇਲ ਦੇ ਵਿੱਚ ਕੋਈ ਦਿੱਕਤ ਨਾ ਆਵੇ, ਉਹਨਾਂ ਦੀਆਂ ਰਜਿਸਟਰੀਆਂ ਕੀਤੀਆਂ ਜਾਣ। ਕੋਲਨ ਰਜਿਸਟਰੀਆਂ ਉਹਨਾਂ ਦੀਆਂ ਬੰਦ ਆ ਜਿਹੜੇ ਕੋਲੋਨਾਈਜ਼ਰ ਤੋਂ ਸਿੱਧੀ ਰਜਿਸਟਰੀ ਹੁੰਦੀ ਆ। ਜਦੋਂ AC ਸਾਹਿਬ ਨੇ DC ਸਾਹਿਬ ਨੂੰ ਲਿਖਿਆ ਪੱਤਰ ਜਿਹੜਾ ਤੁਸੀਂ ਦੱਸਦੇ ਪਏ, ਉਸ ਤੋਂ ਬਾਅਦ ਰਜਿਸਟਰੀਆਂ ਖੁੱਲ ਗਈਆਂ ਜੀ ਉਹਨਾਂ ਸਾਡੇ ਹੱਕ ਦੇ ਵਿੱਚ। ਅੱਜ ਵੀ ਮੈਂ ਉਹਨਾਂ ਕੋਲ ਕਈ ਵਾਰ ਕੋਈ ਮੇਰੀ NOC ਹੁੰਦੀ ਹੈ, ਮੈਂ ਜਾਣਾ ਜੀ ਜਿਹੜੀ ਜੈਨੂਅਨ ਹੁੰਦਾ ਜਿਹੜੀ ਆ, ਉਹ ਹਰ NOC ਨੂੰ ਬੜਾ ਲੈਂਦੇ ਆ, ਧਿਆਨ ਨਾਲ ਦੇਖਦੇ ਆ, ਅਤੇ NOC ਕਰ ਦਿੰਦੇ ਆ, ਅਤੇ ਜਿੱਥੇ ਦਿੱਕਤ ਹੁੰਦੀ ਉਹਨੂੰ ਦਿੱਕਤ ਦੱਸਦੇ ਕਿ ਜੀ ਆਹ ਦਿੱਕਤ ਤੁਹਾਨੂੰ ਆ ਰਹੀ ਹੈ, ਅਤੇ ਇਹਦੇ ਵਾਸਤੇ ਆਪਾਂ ਸਰਕਾਰ ਨੂੰ ਤੁਹਾਨੂੰ ਥੋੜ੍ਹਾ ਬਹੁਤ, ਕਿਉਂਕਿ ਸਰਕਾਰ ਹੀ ਤੁਹਾਨੂੰ ਰਿਲੀਫ ਦੇਵੇ ਅਤੇ ਫਿਰ ਹੀ ਕੁਛ ਹੋ ਸਕਦਾ, ਕਿਉਂਕਿ ਅਫਸਰ ਵੀ ਸਰਕਾਰ ਦੇ ਨਾਲ ਰਿਲੇਟਡ ਹੀ ਚੱਲਦੇ ਨੇ ਜੀ। ਯਾਨੀ ਕਿ ਮੇਨ ਜਿਹੜੀ ਤੁਸੀਂ ਅੱਜ ਪ੍ਰੋਬਲਮ ਦੱਸੀ ਆ ਉਹ ਹੈ ਗੂਗਲ ਇਮੇਜ। ਅਗਰ ਗੂਗਲ ਇਮੇਜ ਵਾਲੇ ਸਾਡੇ ਨਾਲ ਸਿਸਿਓਟ ਸਾਰੇ ਜਿਹੜੇ ਵੀ ਆਪਣਾ ਡੀਲਰ ਭਰਾ ਨੇ ਜਾਂ ਕੋਲੋਨਾਈਜ਼ਰ ਨੇ,
ਉਹ ਵੀ ਇਹ ਚਾਹੁੰਦੇ ਆ ਕਿ ਚਲੋ ਹੁਣ ਜੋ ਪਿੱਛੇ ਹੋ ਚੁੱਕਾ ਆ ਵੇਖੋ ਜੋ ਹੋ ਚੁੱਕਾ ਉਹ ਦੁਬਾਰਾ ਉਹਨੂੰ ਅਗਲੇ ਸੈਸ਼ਨ ਦੇ ਵਿੱਚ ਆਪਾਂ ਉਹਨੂੰ ਠੀਕ ਕਰ ਸਕਦੇ ਹਾਂ, ਜੋ ਹੋ ਚੁੱਕਾ ਉਹਦਾ ਕੁਛ ਹੋ ਨਹੀਂ ਸਕਦਾ। ਹੁਣ 2022 ਦੇ ਵਿੱਚ ਤੱਕ ਜਿਹੜੀਆਂ ਕੱਟੀਆਂ ਗਈਆਂ ਉਹਨਾਂ ਨੂੰ ਪਰਮਿਸ਼ਨ ਦਿੱਤੀ ਜਾਣੀ ਚਾਹੀਦੀ ਹੈ ਗੂਗਲ ਇਮੇਜ ਦੀ, ਬਾਕੀ ਜੋ ਪੋਲਿਸੀ ਸਰਕਾਰ ਦੀ ਹੈ ਉਹਦੇ ਮੁਤਾਬਕ ਹੀ 2018 ਤੋਂ ਪਹਿਲੇ ਦਾ ਵੇਖੋ ਜੀ ਸਟਾਮ ਜਿਹੜੇ ਈ ਸਟਾਮ ਹੁਣ ਸ਼ੁਰੂ ਹੋ ਗਿਆ, ਸਟਾਮ ਹੀ ਅਵੇਲੇਬਲ ਵੈਸੇ ਨਹੀਂ ਹੁੰਦਾ, ਕਿਉਂਕਿ ਇਹ ਵੀ ਨਹੀਂ ਹੈ ਕਿ ਫੇਕ ਸਟਾਮ ਲਾ ਕੇ ਐਨ ਓ ਸੀ ਮਿਲ ਜੂਗੀ। ਜੇ ਆਪਾਂ ਕੋਈ ਸਟਾਮ ਕਿਸੇ ਨੂੰ ਲਿਖ ਕੇ ਦਿੱਤਾ ਹੋਇਆ 2018 ਦਾ, ਉਹ 2018 ਦਾ ਵੈਰੀਫਾਈ ਹੁੰਦਾ ਖਜ਼ਾਨੇ ਦਫ਼ਤਰ, ਖਜ਼ਾਨੇ ਦਫ਼ਤਰ ਤੋਂ ਪ੍ਰੋਪਰ ਲੈਟਰ ਆਉਂਦੀ ਆ ਕਿ ਇਹ ਸਟਾਮ 2016 'ਚ ਖਰੀਦਿਆ ਗਿਆ, 2017 'ਚ ਖਰੀਦਿਆ ਗਿਆ। ਅਸੀਂ ਡਾਕੂਮੈਂਟੇਸ਼ਨ ਮੁਤਾਬਕ ਪੂਰੇ ਖਰੇ ਉਤਰਦੇ ਹਾਂ, ਸਿਰਫ ਗੂਗਲ ਇਮੇਜ 'ਤੇ ਜਾ ਕੇ ਸਾਡੀ ਐਨ ਓ ਸੀ ਰੁਕ ਜਾਂਦੀ। ਨਮਸਕਾਰ ਜੀ, ਮੈਂ ਪਬਲਿਕ ਦਲਾਸਾ ਤੋਂ ਪੱਤਰਕਾਰ ਰਾਜੇਸ਼ ਅਰੋੜਾ ਬੋਲ ਰਿਹਾ। ACA ਸਾਹਿਬ ਉਬਰਾਏ ਸਾਹਿਬ ਬੋਲ ਰਹੇ ਨੇ ਜੀ? ਉਬਰਾਏ ਸਾਹਿਬ, ਅੱਜ ਕੁਛ ਲੋਕਾਂ ਨੇ ਸਾਨੂੰ ਸੱਦਿਆ ਸੀ ਕਿ ਐਨ ਓ ਸੀ ਨੂੰ ਲੈ ਕੇ ਪੁੱਡਾ 'ਚ ਉਹਨਾਂ ਨੂੰ ਬੜੀ ਪਰੇਸ਼ਾਨੀ ਆ ਰਹੀ ਹੈ, ਔਰ ਉਹਨਾਂ ਨੇ ਦੱਸਿਆ ਵੀ ਹੈ ਕਿ ਜਿਹੜੀ ਇਹ ਪਰੇਸ਼ਾਨੀ ਹੈ ਉਹਦੇ 'ਚ ਇੱਕ ਗੂਗਲ ਇਮੇਜ ਜਿਹੜੀ ਹੈ ਨਾ ਮੇਨ ਜਿਹੜੀ ਲਗਾਈ ਗਈ ਹੈ ਉਹਦੇ ਕਰਕੇ ਉਹਨਾਂ ਨੂੰ ਦਿੱਕਤ ਆਉਂਦੀ ਹੈ, ਕਿਉਂਕਿ ਜਿਹੜੀ 2018 ਤੋਂ ਪਹਿਲੇ ਤੇ ਸਰਕਾਰ ਨੇ ਜਿਹੜੀਆਂ ਕਿਹਾ ਸੀ ਵੀ ਰਜਿਸਟਰੀਆਂ ਹੋਈਆਂ ਉਹਦੇ 'ਚ ਤਾਂ ਦਿੱਕਤ ਨਹੀਂ, ਲੇਕਿਨ 2018 ਤੋਂ ਬਾਅਦ ਗੂਗਲ ਇਮੇਜ ਦੇ ਨਾਲ ਉਹ ਸੜਕਾਂ ਉਹਨਾਂ ਨੂੰ ਨਜ਼ਰ ਨਹੀਂ ਆਉਂਦੀਆਂ, ਉੱਥੇ ਉਹਨਾਂ ਨੂੰ ਦਿੱਕਤ ਆਉਂਦੀ ਹੈ, ਇਹਦੇ ਬਾਰੇ ਤੁਹਾਡਾ ਕੀ ਕਹਿਣਾ ਵੈ? ਇਸ ਬਾਰੇ ਇਸ ਤਰ੍ਹਾਂ ਜੀ ਕਿ ਜਿਹੜੀ ਗੌਰਮੈਂਟ ਦੀ ਪਾਲਿਸੀ ਹੈ ਉਹਦੇ 'ਚ ਗੂਗਲ ਕੋਆਰਡੀਨੇਟਸ ਦਾ ਮੈਂਸ਼ਨ ਹੈ, ਅਸੀਂ ਫਿਰ ਵੀ ਐਸ ਫਾਰ ਐਸ ਪੋਸੀਬਲ ਜਿਹੜੀ 18 ਤੋਂ ਪਹਿਲੇ ਹੋਣ 'ਚ ਆਈਆਂ ਕਲੋਨੀਆਂ ਉਹਨਾਂ 'ਚ ਖਰੀਦਦਾਰ ਜਿਹੜੇ ਹੈਗੇ ਆ ਉਹਨਾਂ ਨੂੰ ਅਸੀਂ ਜ਼ਰੂਰ ਐਨ ਓ ਸੀ ਔਨਲਾਈਨ ਹੀ ਅਵੇਲੇਬਲ ਹੈ ਉਹ ਪ੍ਰੋਵਾਈਡ ਵੀ ਕਰਦੇ ਹਾਂ। ਹਾਂ, ਜਿਹੜੇ ਇਲੀਗਲ ਕਾਰਵ ਆਊਟ ਕੀਤੀ ਕਲੋਨੀਜ਼ ਉਹਨਾਂ ਦੇ ਖਿਲਾਫ਼ ਐਕਸ਼ਨ ਲਈ ਵੀ ਅਸੀਂ ਤਕਰੀਬਨ 52 ਜਾਂ 53 ਦੇ ਖਿਲਾਫ਼ ਲਿਖ ਚੁੱਕੇ ਹਾਂ ਫੋਰ ਰਜਿਸਟ੍ਰੇਸ਼ਨ ਆਫ ਕ੍ਰਿਮੀਨਲ ਕੇਸਿਸ ਆਲਸੋ। ਤੇ ਅਸੀਂ ਜਿਹੜੀ ਐਗਜ਼ਿਸਟੈਂਸ ਜਾਣੀ, ਕਿਉਂਕਿ ਸਰਕਾਰ ਦੀ ਨੋਰਮ ਹੈਗਾ ਉਹ ਪੋਲਿਸੀ ਦੀ ਵਾਇਓਲੇਸ਼ਨ ਨਹੀਂ ਹੋ ਸਕਦੀ, ਤੇ ਇਸ ਕਰਕੇ ਜੇ ਰਜਿਸਟਰੀ ਵਗੈਰਾ ਐਗਜ਼ਿਸਟਿੰਗ ਹੈ ਹੋਰ ਚੀਜ਼ਾਂ ਤੇ ਫਿਰ ਵੀ ਅਸੀਂ ਮੈਕਸੀਮਮ ਉਹਨਾਂ ਨੂੰ ਫੈਸਿਲੀਟੇਟ ਕਰਦੇ ਜਿਹੜੇ ਪਰਚੇਜ਼ਰ ਹੈ। ਗੂਗਲ ਇਮੇਜ ਤੇ ਹੀ ਜਿਹੜੀ ਮੇਨ ਮੁਸ਼ਕਲ ਆ ਰਹੀ ਹੈ ਉਪਭੋਗਤਾਵਾਂ ਨੂੰ, ਉਹਨਾਂ ਨਾਲ ਸੰਬੰਧਿਤ ਲੋਕਾਂ ਨੇ ਜੋ ਦੱਸਿਆ ਵੈ, ਸਰਕਾਰ ਨੂੰ ਇਸ ਗੂਗਲ ਇਮੇਜ ਨੂੰ ਲੈ ਕੇ ਇੱਕ ਵਾਰੀ ਫਿਰ ਫੈਸਲਾ ਲੈਣ ਤੋਂ ਪਹਿਲੇ ਸੋਚਣਾ ਚਾਹੀਦਾ ਕਿ ਕਿਸ ਤਰ੍ਹਾਂ ਇਸ ਮੁਸ਼ਕਲ ਦਾ ਹੱਲ ਹੋ ਸਕਦਾ ਹੈ। ਮੈਂ ਰਾਜੇਸ਼ ਅਰੋੜਾ, ਕੈਮਰਾਮੈਨ ਨਵਦੀਪ ਦੇ ਨਾਲ, ਪਬਲਿਕ ਦਿਲਾਸਾ, ਅੰਮ੍ਰਿਤਸਰ।